ਲਓ ਜੀ, ਪੈਟਰੋਲ ਪਵਾਉਣ ਨੂੰ ਲੈ ਕੇ ਵੱਡਾ ਕਾਂਡ ਹੋ ਗਿਆ ਏ। ਪੰਪ ਤੇ ਤੇਲ ਪਵਾਉਣ ਵੇਲੇ ਗੋਲੀਆਂ ਚੱਲ ਪਈਆਂ। ਜੀ ਹਾਂ, ਤਸਵੀਰਾਂ ਦੇਖ ਸਕਦੇ ਹੋ, ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਪੰਪ ਪਵਾਉਣ ਆਏ ਮੁੰਡੇ ਤੇ ਪੈਟਰੋਲ ਪੰਪ ਦੇ ਮਾਲਕ ਨੇ ਆਪਣੇ 32 ਬੋਰ ਦੀ ਬੰਦੂਕ ਦੇ ਨਾਲ ਗੋਲੀਆਂ ਚਲਾ ਦਿੱਤੀਆਂ। ਜੀ ਹਾਂ, ਗੋਲੀਆਂ ਚਲਾ ਦਿੱਤੀਆਂ ਨੇ ਪੰਪ ਦੇ ਮਾਲਕ ਨੇ। ਤਾਂ ਦੱਸ ਦਈਏ ਕਿ ਸਵੇਰ ਤੋਂ ਪੈਟਰੋਲ ਪੰਪਾਂ 'ਤੇ ਭੀੜ ਲੱਗੀ ਹੋਈ ਹੈ, ਟਿੱਡੀ ਦਲ ਮਚਿਆ ਹੋਇਆ ਹੈ, ਜਿਸ ਤੋਂ ਬਾਅਦ ਜਿਹੜੇ ਪੈਟਰੋਲ ਪੰਪ ਦੇ ਮਾਲਕ ਨੇ ਉਹ ਵੀ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਸੀ, ਕਿਉਂਕਿ ਉਹ ਵੀ ਪੂਰਤੀ ਨਹੀਂ ਕਰ ਪਾ ਰਹੇ ਸੀ ਪੂਰੀ। ਤਾਂ ਇਸੇ ਦੌਰਾਨ ਇਹ ਖਬਰ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਪੈਟਰੋਲ ਪੰਪ ਦੇ ਮਾਲਕ ਨੇ ਇੱਕ ਪੈਟਰੋਲ ਪਵਾਉਣ ਆਏ ਮੁੰਡੇ 'ਤੇ ਗੋਲੀ ਚਲਾ ਦਿੱਤੀ ਹੈ। ਜੀ ਹਾਂ, 32 ਬੋਰ ਦੀ ਆਪਣੀ ਲਸੰਸੀ ਰਿਵਾਲਵਰ ਦੇ ਨਾਲ ਗੋਲੀ ਚਲਾ ਦਿੱਤੀ ਹੈ, ਜਿਸ ਦੇ ਵਿੱਚ ਅਮਰਿੰਦਰ ਸਿੰਘ ਜਿਹੜਾ ਕਿ ਤੇਲ ਪਵਾਉਣ ਆਇਆ ਸੀ ਉਸਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਅਤੇ ਹਸਪਤਾਲ ਉਸਨੂੰ ਲਿਜਾਇਆ ਗਿਆ ਹੈ। ਤਾਂ ਵੱਡੀ ਖਬਰ ਹੈ, ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਗੋਲੀ ਚੱਲ ਪਈ ਹੈ ਪੈਟਰੋਲ ਪਵਾਉਣ ਆਏ ਸ਼ਖਸ ਦੇ ਪੈਰ ਦੇ ਵਿੱਚ ਗੋਲੀ ਚੱਲੀ ਹੈ, ਪੈਟਰੋਲ ਪੰਪ ਦੇ ਮਾਲਕ ਨੇ ਹੀ ਗੋਲੀ ਚਲਾਈ ਹੈ। ਤਾਂ ਦੱਸ ਦਈਏ ਕਿ ਮਾਮੂਲੀ ਜੀ ਪੈਟਰੋਲ ਪੰਪ ਦੇ ਮਾਲਕ ਦੇ ਨਾਲ ਬਹਿਸ ਹੁੰਦੀ ਹੈ, ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆ ਕੇ ਪੰਪ ਦਾ ਮਾਲਕ ਫਾਇਰਿੰਗ ਕਰ ਦਿੰਦਾ ਹੈ। ਗੋਲੀ ਲੱਗਣ ਦੇ ਨਾਲ ਸ਼ਖਸ ਜ਼ਖਮੀ ਹੋ ਗਿਆ ਹੈ। ਤਾਂ ਫਰੀਦਕੋਟ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਸਵੇਰ ਤੋਂ ਹੀ ਲੋਕ ਪੈਟਰੋਲ ਪੰਪਾਂ 'ਤੇ ਖੜ ਕੇ ਪਰੇਸ਼ਾਨ ਹੋ ਰਹੇ ਨੇ, ਪੈਟਰੋਲ ਪੰਪ ਦੇ ਮਾਲਕ ਵੀ ਕੁਝ ਕੁਝ ਨਾਰਾਜ਼ ਨਜ਼ਰ ਆ ਰਹੇ ਨੇ। ਤਾਂ ਇਸੇ ਦੌਰਾਨ ਇੱਕ ਹੋਰ ਖਬਰ ਸਾਹਮਣੇ ਆਈ ਹੈ ਫਰੀਦਕੋਟ ਤੋਂ, ਜਿੱਥੇ ਗੋਲੀਆਂ ਚੱਲ ਪਈਆਂ ਨੇ। ਜੀ ਹਾਂ, ਗੋਲੀ ਚਲਾਈ ਗਈ ਆ, ਉਹ ਵੀ ਪੈਟਰੋਲ ਪੰਪ ਦੇ ਮਾਲਕ ਦੇ ਵੱਲੋਂ। ਇੱਕ ਪੈਟਰੋਲ ਪਵਾਉਣ ਆਇਆ ਸੀ ਸ਼ਖਸ, ਮੁੰਡਾ ਸੀ, ਨੌਜਵਾਨ ਸੀ, ਆਪਣੀ ਮੋਟਰਸਾਈਕਲ ਦੇ ਵਿੱਚ ਪੈਟਰੋਲ ਪਵਾਉਣ ਆਉਂਦਾ ਹੈ, ਕਿਸੇ ਗੱਲ ਨੂੰ ਲੈ ਕੇ ਪੈਟਰੋਲ ਪੰਪ ਦੇ ਮਾਲਕ ਦੇ ਨਾਲ ਬਹਿਸ ਹੋ ਜਾਂਦੀ ਹੈ, ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਸਨੇ ਗੋਲੀਆਂ ਚਲਾ ਦਿੱਤੀਆਂ। ਸੀਸੀਟੀਵੀ ਜੋ ਕਿ ਹਰੇਕ ਪੈਟਰੋਲ ਪੰਪ 'ਤੇ ਲੱਗਾ ਹੁੰਦਾ ਹੈ, ਅਤੇ ਇਸੇ ਪੈਟਰੋਲ ਪੰਪ 'ਤੇ ਵੀ ਸੀਸੀਟੀਵੀ ਲੱਗਾ ਸੀ, ਜਿਸ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ ਹੈ। ਤਾਂ ਦੇਖੋ ਇਹ ਤਸਵੀਰਾਂ ਜੋ ਫਰੀਦਕੋਟ ਤੋਂ ਸਾਹਮਣੇ ਆ ਰਹੀਆਂ ਨੇ।